ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੰਜਾਬ ਵਿੱਚ ਮੈਗਾ ਰੋਜ਼ਗਾਰ ਮੇਲਾ ਲੱਗਣ ਜਾ ਰਿਹਾ 2022 ਤਾਂ ਬਹੁਤ ਵੱਡੀ ਜਿਹੀ ਅਪਡੇਟ ਕੀਤੀ ਗਈ ਤੁਹਾਡੇ ਵਾਸਤੇ ਤਾਂ ਜੋ ਵੀ ਕੈਂਡੀਡੇਟ ਐਲੀਜੀਬਲ ਨੇ ਠੀਕ ਹੈ ਜਾ ਸਕਦੇ ਹੋ ਪੰਜਾਬ ਵਿੱਚ ਜੋ ਰੋਜ਼ਗਾਰ ਮੇਲਾ ਲੱਗਣ ਜਾ ਰਿਹਾ ਠੀਕ ਹੈ ਤਾਂ ਪੋਸਟਾਂ ਦੀ ਗੱਲ ਕਰੀ ਟੈਕਨੀਸ਼ੀਅਨ ਹੋ ਗਿਆ ਡਰਾਈਵਰ ਹੋ ਗਿਆ ਸਿਕਿਉਰਿਟੀ ਗਾਰਡ ਹੋ ਗਿਆ ਸੇਲਸ ਅਫਸਰ ਹੋਗੇ ਤੇ ਹੋਰ ਵੀ ਅਸਵੀਜ ਜੋ ਪੋਸਟਾਂ ਅਨਾਉਂਸਮੈਂਟ ਕੀਤੀਆਂ ਆਊਟ ਕੀਤੀਆਂ ਗਿਆ ਨੇ ਦਸਵੀਂ ਕੁਆਲਿਫਿਕੇਸ਼ਨ ਆਈਟੀ ਠੀਕ ਹੈ ਗ੍ਰੈਜੂਏਟ ਅਲੱਗ- ਤੇ ਹੁਣ ਨਾ ਮੌਕਾ ਛੱਡੋ ਠੀਕ ਹੈ ਸਿੱਧੀ ਭਰਤੀ ਹੈ ਡਾਇਰੈਕਟ ਭਰਤੀ ਹੈ ਤੁਸੀਂ ਜਾਣਾ ਇੰਟਰਵਿਊ ਦੇਣ ਡਾਇਰੈਕਟ ਤੁਸੀਂ ਇੰਟਰਵਿਊ ਦੇਣ ਜਾਣਾ ਜੀ ਕੋਈ ਤੁਹਾਡਾ ਇਸ ਵਿੱਚ ਐਗਜ਼ਾਮ ਨਹੀਂ ਕੋਈ ਫੀਸ ਨਹੀਂ ਡਾਇਰੈਕਟ ਤੁਸੀਂ ਜਾਣਾ ਇੰਟਰਵਿਊ ਦੇਣ ਤਾਂ ਕਿਸ ਡੇਟ ਨੂੰ ਜਾਣਾ ਤੇ ਵੀ ਨਹੀਂ ਕਿ ਜਿੱਥੇ ਤੁਸੀਂ ਇੰਟਰਵਿਊ ਦੇਣ ਜਾਣਾ ਸਾਰੀ ਜਾਣਕਾਰੀ ਇਸ ਵੀਡੀਓ ਤੋਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿੱਪ ਨਹੀਂ ਕਰਨਾ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਆਪਾਂ ਗੱਲ ਕਰਦੇ ਹਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹਿਸ਼ਿਆਰਪੁਰ ਵੱਲੋਂ ਜੋ ਇਹਨਾਂ ਵੱਲੋਂ ਜੋ ਆਪਣਾ ਯਾਰ ਸੈਂਟਰ ਸ਼ਿਆਰਪੁਰ ਠੀਕ ਹੈ ਤਾਮੀਤੀ ਹੈਗੀ 23 ਦਸੰਬਰ 2022 ਤੁਹਾਡਾ ਜੋ ਰੋਜ਼ਗਾਰ ਮੇਲਾ ਲੱਗੇਗਾ ਸਵੇਰੇ 10 ਵਜੇ ਠੀਕ ਹੈ ਤੇ ਇਸ ਰੋਜ਼ਗਾਰ ਮੇਲੇ ਵਿੱਚ ਆਪਾਂ ਗੱਲ ਕਰੀ ਆਈਟੀ ਹੋਗੇ ਠੀਕ ਟੈਕਨੀਸ਼ੀਅਨ ਹੋਗੇ ਹੈਲਪਰ ਹੋਗੇ ਸਿਕਿਉਰਿਟੀ ਗਾਰਡ ਹੋਗਾ ਡਰਾਈਵਰ ਹੋਗਾ ਸੇਲਸ ਅਫਸਰ ਹੋਗੇ 뱅킹 ਹੋ ਗਿਆ ਤੇ ਨਾਨ ਬੈਂਕਿੰਗ ਜੋ ਫਾਈਨੈਂਸ ਕੰਪਨੀਆਂ ਹੁੰਦੀਆਂ ਠੀਕ ਹੈ ਵੱਖ-ਵੱਖ ਪੋਸਟਾਂ ਲਈ ਭਰਤੀ ਕੀਤੀ ਜਾਣੀ ਹੈ ਤੁਹਾਡੀ ਜੋ ਕੁਆਲਿਫੀਕੇਸ਼ਨ ਤੁਹਾਨੂੰ ਪਤਾ ਹੈ ਹੈਲਪਰ ਹੋ ਗਿਆ ਸਕਿਉਰਿਟੀ ਗਾਰਡ ਹੋ ਗਿਆ ਠੀਕ ਹੈ ਡਰਾਈਵਰ ਹੋ ਗਿਆ ਠੀਕ ਹੈ ਹੈਲਪਰ ਸਕਿਉਰਿਟੀ ਗਾਰਡ ਦੀ ਗੱਲ ਕਰੀਏ 10ਵੀਂ ਵਾਲੇ ਐਲੀਜੀਬਲ ਨੇ ਚਾ ਸਕਦੇ ਡਰਾਈਵਰ ਵਾਸਤੇ ਤੁਹਾਨੂੰ ਪਤਾ 10ਵੀਂ ਦੇ ਨਾਲ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਵੀ ਹੋਣਾ ਚਾਹੀਦਾ ਹੈ ਤੇ ਆਈਟੀ ਦੀ ਗੱਲ ਕਰੀਏ ਟੈਕਨੀਸ਼ੀਅਨ 10ਵੀਂ ਪਲੱਸ ਆਈਟੀ ਵਾਲੇ ਜਾ ਸਕਦੇ ਨੇ ਤੇ ਅਲੱਗ-ਅਲੱਗ ਜੋ ਸੇਲਜ਼ ਅਫਸਰ ਦੀ ਆਊਟ ਕੀਤੀ ਗਈ ਠੀਕ ਹੈ ਵੇਖ ਸਕਦੇ ਹੋ ਜਿਹੜ ਰੋਕ ਬਿਊਰੋ ਸਰਕਾਰੀ ਆਈਟੀ ਕੰਪਲੈਕਸ ਜਲੰਧਰ ਰੋਡ ਹਸ਼ਿਆਰਪੁਰ ਇਸ ਅਡਰੈਸ ਤੇ ਪਹੁੰਚ ਜਾਣਾ ਤੁਸੀਂ ਜੋ ਆਪਣੇ ओरिजिनल ਡਾਕੂਮੈਂਟ ਲੈ ਕੇ ਤੇ ਨਾਲ ਉਸ ਦੀਆਂ ਫੋਟੋਕਾਪੀਆਂ ਲੈ ਜਾਣਾ ਸਾਰਾ ਕੁਝ ਲੈ ਕੇ ਇਸ ਅਡਰੈਸ ਤੇ ਪਹੁੰਚ ਜਾਣਾ 23 ਦਸੰਬਰ 2022 ਨੂੰ ਤੁਹਾਡਾ ਜੋ ਰੋਜ਼ਗਾਰ ਮੇਲਾ ਲੱਗਣ ਜਾ ਰਿਹਾ ਹੈ ਤਾਂ ਇਸ ਵਿੱਚ ਹਿੱਸਾ ਲੈਣ ਵਾਲੀਆਂ ਮੋ ਕੰਪਨੀ ਹੈਗੀਆਂ ਨੇ ਸੋਨਾਲਿਕਾ ਹੋ ਗਿਆ ਠੀਕ ਹੈ ਤੇ ਇੱਥੇ ਮੈਂਸ਼ਨ ਕੀਤਾ ਕੋਕ ਕੋਲ ਹੋ ਗਿਆ ਉਸ ਤੋਂ ਬਾਅਦ ਰਾਖਸ਼ਾ ਹੋ ਗਿਆ ਠੀਕ ਹੈ ਐਚ ਡੀ ਬੀ ਹੋ ਗਿਆ ਫਾਈਨੈਂਸ ਸਰਵਿਸ ਸਾਰਾ ਕੁਝ ਮੈਂਸ਼ਨ ਕੀਤਾ ਚੈੱਕ ਕਰ ਸਕਦੇ ਹੋ ਤੇ 23 ਦਸੰਬਰ 2022 ਨੂੰ ਪਹੁੰਚ ਜਾਣਾ ਤੁਸੀਂ ਸਵੇਰੇ ਆਪਣੇ 10 ਤੇ ਰੋਜ਼ਗਾਰ ਮੇਲਾ ਲੱਗਣ ਜਾ ਰਿਹਾ ਹੁਸ਼ਿਆਰਪੁਰ ਵਿਖੇ ਤੇ ਐਡਰੈਸ ਤੁਹਾਨੂੰ ਮੈਂ ਦੱਸ ਹੀ ਦਿੱਤਾ ਠੀਕ ਹੈ ਇੱਥੇ ਮੈਂਸ਼ਨ ਕੀਤਾ ਵਿਖ ਸਕਦੇ ਹੋ ਜੇਕਰ ਤੁਹਾਡੇ ਮਨ ਚ ਕੋਈ ਵੀ ਡਾਊਟ ਕੋਈ ਸਵਾਲ ਕੋਈ ਕੁਐਰੀ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤੇ ਜਾਣਕਾਰੀ ਸੇ ਅਪਡੇਟਸ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਜੋ ਵੀ ਕੈਂਡੀਡੇਟ ਐਲੀਜੀਬਲ ਨੇ ਜਾਣਾ ਚਾਹੁੰਦੇ ਨੇ ਰੋਜ਼ਗਾਰ ਮੇਲੇ ਤੇ ਤਾਂ ਜਾ ਸਕਦੇ ਹੋ ਤੇ ਜਾਣਕਾਰੀ ਸੇ ਅਪਡੇਟਸ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ